ਹੋਲੀ ਦਾ ਤਿਉਹਾਰ ਤੇ ਹੋਲੀ ਦੇ ਤਿਉਹਾਰ ਦੇ ਵਿੱਚ ਗੁਲਾਲ ਉਡਾਇਆ ਜਾਂਦਾ ਹੈ ਪਾਣੀ ਨਾਲ ਵੀ ਹੋਲੀ ਖੇਡੀ ਜਾਂਦੀ ਹੈ ਤੇ ਕੁਝ ਲੋਕ ਸਪਰੇਅ ਦਾ ਇਸਤੇਮਾਲ ਕਰਦੇ ਆ ਕਿੰਨਾ ਕੁ ਨੁਕਸਾਨ ਕਰ ਸਕਦੇ ਨੇ ਰੰਗ ਤੁਹਾਨੂੰ ਚਮੜੀ ਦੇ ਰੋਗ ਕਿਹੜੇ ਕਿਹੜੇ ਹੋ ਸਕਦੇ ਨੇ ਜਾਂ ਫਿਰ ਅੱਖਾਂ ਨੂੰ ਕਿੰਨਾ ਕੁ ਨੁਕਸਾਨ ਕਰ ਸਕਦੇ ਆ ਗੱਲਬਾਤ ਕਰਾਂਗੇ ਬਟਾਲਾ ਦੇ ਸਿਵਲ ਹਸਪੀਟਲ ਦੇ ਸੀਨੀਅਰ ਮੈਡੀਕਲ ਅਫਸਰ ਤੇ ਚਮੜੀ ਰੋਗਾਂ ਦੇ ਮਾਹਿਰ ਨਾਲ ਕਿ ਕੀ ਇਹ ਸਾਨੂੰ ਰੰਗ ਇਸਤੇਮਾਲ ਕਰਨੇ ਚਾਹੀਦੇ ਆ ਜਾਂ ਕਿਹੜੀ ਉਮਰ ਦੇ ਲੋਕਾਂ ਨੂੰ ਇਹ ਰੰਗ ਨੁਕਸਾਨ ਕਰ ਸਕਦੇ ਆ ਗੱਲਬਾਤ ਕਰ ਲੈਨੇ ਡਾਕਟਰ ਸਾਹਿਬ ਨਾਲ ਡਾਕਟਰ ਸਾਹਿਬ ਜਿਹੜੇ ਰੰਗ ਆਮ ਤੌਰ ਤੇ ਖੁੱਲੇ ਵਿਕਦੇ ਆ ਜਿੱਦਾਂ ਤੇ ਕੋਈ ਬ੍ਰਾਂਡ ਨਹੀਂ ਆ ਇਹ ਵੀ ਨਹੀਂ ਲਿਖਿਆ ਤਾਂ ਕਿ ਇਸ ਰੰਗ ਦੇ ਵਿੱਚ ਪਿਆ ਦਾ ਕੀ ਕੀ ਆ ਕਿਹੜੀ ਕਿਹੜੀ ਚੀਜ਼ ਦੀ ਵਰਤੋਂ ਕੀਤੀ ਗਈ ਆ ਬੋਰੀਆਂ ਚ ਪਾ ਕੇ ਰੰਗ ਰੱਖੇ ਦੇ ਕੀ ਇਸਤੇਮਾਲ ਕਰਨੇ ਚਾਹੀਦੇ ਨਮਸਕਾਰ ਸਭ ਤੋਂ ਪਹਿਲਾਂ ਹੋਲੀ ਦੀਆਂ ਸਭ ਨੂੰ ਐਡਵਾਂਸ ਮੁਬਾਰਕਾਂ ਤੁਸੀਂ ਰੰਗਾਂ ਦੀ ਗੱਲ ਕੀਤੀ ਹੈ ਇਹ ਰੰਗਾਂ ਚ ਕਾਫੀ ਸਾਰੇ ਕੈਮੀਕਲਸ ਹੁੰਦੇ ਨੇ ਅਲੂਮੀਨੀਅਮ ਵਗੈਰਾ ਬਰੋਮਾਈਡ ਵਗੈਰਾ ਲੈਡ ਆਕਸਾਈਡ ਮਰਕਰੀ ਇਹ ਸਾਰੇ ਕੈਮੀਕਲਸ ਹੁੰਦੇ ਨੇ ਇਹਨਾਂ ਜਿਹੜੇ ਕੈਮੀਕਲਸ ਆ ਇਹ ਅੱਖਾਂ ਦੇ ਤੇ ਜਿਹੜੀ ਚਮੜੀ ਤੇ ਕਾਫੀ ਜ਼ਿਆਦਾ ਜਿਹੜਾ ਬੁਰਾ ਪ੍ਰਭਾਵ ਪਾਉਂਦੇ ਨੇ ਸਾਈਡ ਇਫੈਕਟ ਉਹਨਾਂ ਦੇ ਕਾਫੀ ਹੁੰਦੇ ਨੇ ਅੱਖਾਂ 'ਚ ਰੰਗ ਚਲੇ ਜਾਏ ਤੇ ਅੱਖਾਂ 'ਚੋਂ ਜਿਸ ਤਰ੍ਹਾਂ ਉਸ ਲਈ ਰੈਡਨੈਸ ਲਾਲਗੀ ਹੋ ਸਕਦੀ ਹੈ ਅੱਖਾਂ 'ਚੋਂ ਪਾਣੀ ਵਗ ਸਕਦਾ ਜੇ ਜ਼ਿਆਦਾ ਪ੍ਰੋਬਲਮ ਹੋ ਜੇ ਜ਼ਿਆਦਾ ਦਿਨ ਰੰਗ ਰਹੇ ਜੇ ਤੇ ਉਹ ਅੱਖਾਂ ਦੀ ਜਿਹੜੀ ਇਨਫੈਕਸ਼ਨ ਵਗੈਰਾ ਵੀ ਹੋ ਸਕਦੀ ਹੈ ਤੇ ਰੋਸ਼ਨੀ ਤੇ ਵੀ ਅੱਖਾਂ ਦੀ ਫਰਕ ਪੈ ਸਕਦਾ ਚਮੜੀ ਤੇ ਵੀ ਇਹਨਾਂ ਦੇ ਬਹੁਤ ਜ਼ਿਆਦਾ ਬੁਰੇ ਜਿਸ ਤਰ੍ਹਾਂ ਆਪਾਂ ਜੇ ਨੋਟ ਕਰੀਏ ਤੇ ਉਸੇ ਵੇਲੇ ਕਈ ਬੱਚਿਆਂ ਨੂੰ ਆਪਾਂ ਨੋਟ ਵੀ ਕਰਦੇ ਹਾਂ Holi ਵਾਲੇ ਦਿਨ ਤੇ ਉਹਨਾਂ ਦੇ ਜਿਹੜੀ ਚਮੜੀ ਤੋਂ ਉਸੇ ਵੇਲੇ ਖੁਜਲੀ ਹੋਣੀ ਸ਼ੁਰੂ ਹੋ ਜਾਂਦੀ ਹੈ ਇਰੀਟੇਸ਼ਨ ਵਗੈਰਾ ਹੋਏਗੀ ਖੁਜਲੀ ਹੋਏਗੀ ਉੱਥੇ ਉਹਦਾ ਸੋਜ ਪੈ ਸਕਦੀ ਹੈ ਲਾਲਗੀ ਹੋ ਸਕਦੀ ਹੈ ਉਹਦਾ ਇੱਕ ਬਾਅਦ ਚ ਥੋੜੀ ਦੇਰ ਬਾਅਦ ਉਹ ਦੇਖੋ 2-4 ਤਿੰਨ ਬਾਅਦ ਹੋਵੇ ਐਕਜ਼ੀਮਾ ਵਗੈਰਾ ਹੋ ਸਕਦਾ ਤੇ ਜਦੋਂ ਐਕਜ਼ੀਮਾ ਹੋਣ ਤੋਂ ਬਾਅਦ ਉੱਥੇ ਪਾਣੀ ਵਗੈਰਾ ਜਾਂ ਬਲੱਡ ਵਗੈਰਾ ਉੱਥੋਂ ਖੂਨ ਆ ਸਕਦਾ ਉਹਦੇ ਕਰਕੇ ਇਨਫੈਕਸ਼ਨ ਵਗੈਰਾ ਵੀ ਹੋ ਸਕਦੀ ਹੈ ਕੁਝ ਲੋਕ ਨੌਜਵਾਨ ਪੀੜੀ ਖਾਸ ਕਰਕੇ ਸਪਰੇਅ ਦਾ ਅੱਜਕੱਲ ਬ ਸਪਰੇਅ ਆ ਗਿਆ ਇਹ ਕੁਝ ਪਟਾਕੇ ਆ ਗਏ ਜਿਹੜੇ ਜਿਸ ਤਰ੍ਹਾਂ ਆਤਿਸ਼ਬਾਜੀ ਵਾਂਗ ਉਹਨੂੰ ਅੱਗੇ-ਅੱਗੇ ਚਲਾਉਂਦੇ ਉਹਦਾ ਬਹੁਤ ਜ਼ਿਆਦਾ ਧੂੰਆਂ ਹੋ ਜਾਂਦਾ ਉਹ ਚੋਂ ਰੰਗ ਨਿਕਲਦਾ ਔਰ ਸਪਰੇਅ ਦਾ ਬਹੁਤ ਇਸਤੇਮਾਲ ਕੀਤਾ ਜਾਂਦਾ ਨਹੀਂ ਇਹ ਇਹਨਾਂ ਸਭ ਚੀਜ਼ਾਂ 'ਚ ਕੈਮੀਕਲਸ ਹੁੰਦੇ ਨੇ ਅਸੀਂ ਐਜ਼ ਅ ਮੈਡੀਕਲ ਪ੍ਰੋਫੈਸ਼ਨਲ ਅਸੀਂ ਤੇ ਇਹੀ ਪਬਲਿਕ ਨੂੰ ਐਡਵਾਈਸ ਕਰਦੇ ਆ ਕਿ ਇਹਨਾਂ ਚੀਜ਼ਾਂ ਨੂੰ ਅਵੋਇਡ ਹੀ ਕੀਤਾ ਜਾਵੇ ਜੇ ਇਹ ਇਸਤੇਮਾਲ ਹੁੰਦੀਆਂ ਜੇ ਕਿਸੇ ਨੂੰ ਅਲਰਜੀ ਹੋ ਜਾਂਦੀ ਤੇ ਕਿੰਨੇ ਕ ਗੰਭੀਰ ਰੋਗ ਹੋ ਸਕਦੇ ਆ ਕਾਫੀ ਜਿਆਦਾ ਜਿਸ ਤਰ੍ਹਾਂ ਮੈਂ ਕਿਹਾ ਕਿ ਉਸੇ ਲਈ ਹਰ ਪੇਸ਼ੈਂਟ ਨੂੰ ਹਰ ਅਸੀਂ ਜਿਹੜੀ ਹਿਊਮਨ ਬਾਡੀ ਹੈ ਹਰ ਕੈਮੀਕਲਸ ਨੂੰ ਡਿਫਰੈਂਟਲੀ ਅਲੱਗ ਤਰੀਕੇ ਨਾਲ ਬਿਹੇਵ ਕਰਦੀ ਹੈ ਕਈ ਐਨ ਅਲਰਜੀ ਹੋ ਵੀ ਸਕਦੀ ਨਹੀਂ ਵੀ ਹੋ ਸਕਦੀ ਜਿਨ੍ਹਾਂ ਨੂੰ ਅਲਰਜੀ ਹੋਏਗੀ ਉਹਨਾਂ ਦੇ ਜਿਸ ਤਰ੍ਹਾਂ ਮੈਂ ਦੱਸਿਆ ਐਕਜ਼ੀਮਾ ਵਗੈਰਾ ਹੋ ਸਕਦਾ ਹੈ ਰੈਡਨੈਸ ਹੋ ਸਕਦੀ ਇਚਿੰਗ ਵਗੈਰਾ ਹੋ ਸਕਦੀ ਬਾਅਦ ਚ ਇਨਫੈਕਸ਼ਨ ਵੀ ਹੋ ਸਕਦੀ ਹੈ ਕੁਝ ਲੋਕ ਸੁੱਕੇ ਰੰਗ ਦਾ ਤੇ ਇਸਤੇਮਾਲ ਹੁੰਦਾ ਪਾਣੀ ਦਾ ਵੀ ਹੋ ਜਾਂਦਾ ਕੁਝ ਲੋਕ ਜਿਹੜੇ ਨੇ ਉਹ ਪੱਕੇ ਰੰਗ ਦਾ ਇਸਤੇਮਾਲ ਕਰਦੇ ਨੇ ਜਿਸ ਤਰ੍ਹਾਂ ਹੱਥਾਂ ਨੂੰ ਕਈ ਕਈ ਦਿਨ ਲੱਗਾ ਰਿਹਾ ਜਾਂਦਾ ਜਾਂ ਕਿਸੇ ਦੇ ਚਿਹਰੇ ਨੂੰ ਲੱਗ ਜਾਵੇ ਚਮ ਉਹ ਲੱਗਾ ਰਹਿੰਦਾ ਨਹੀਂ ਉਹ ਬਿਲਕੁਲ ਠੀਕ ਨਹੀਂ ਹੈ ਜਿਹੜਾ ਰੰਗ ਹੈ ਉਹ ਆਪਾਂ ਤੇ ਸਭ ਨੂੰ ਇਹੀ ਐਡਵਾਈਸ ਕਰਾਂਗੇ ਕਿ ਜਿਸ ਜਦੋਂ ਤੁਸੀਂ ਹੋਲੀ ਖੇਡਦੇ ਹੋ ਕੋਈ ਵੀ ਬਾਡੀ ਤੇ ਰੰਗ ਲੱਗਦਾ ਟੱਚ ਹੁੰਦਾ ਉਹਨੂੰ ਥੋੜੀ ਦਰਵਾਜ ਜਲਦੀ ਉਸੇਲੇ ਵਾਸ਼ ਕਰ ਲੋ ਜਿੰਨੀ ਦੇਰ ਰੰਗ ਜਿਆਦਾ ਬਾਡੀ ਤੇ ਟੱਚ ਕਰਦਾ ਰਹੇਗਾ ਜਿਆਦਾ ਦੇਰ ਰਹੇਗਾ ਉਹਨਾਂ ਉਹਦਾ ਜਿਹੜਾ ਬੁਰੇ ਪ੍ਰਭਾਵ ਪੈਣਗੇ ਐਕਜ਼ੀਮਾ ਵਗੈਰਾ ਬੰਦ ਇਨਫੈਕਸ਼ਨ ਉਹਦੇ ਜਿਆਦਾ ਚਾਂਸ ਹੋਣਗੇ ਹੋਲੀ ਦਾ ਤਿਹਾਰਾ ਤੇ ਹੋਲੀ ਦੇ ਵਿੱਚ ਰੰਗ ਦਾ ਇਸਤੇਮਾਲ ਕਰਨਾ ਤੇ ਲਾਜ਼ਮੀ ਆ ਫਿਰ ਜਿਹੜੇ ਸਾਡੇ ਦਰਸ਼ਕ ਦੇਖਦੇ ਪਏ ਨੇ ਉਕਿਰਤੀਸ ਦਾ ਇਸਤੇਮਾਲ ਕਰਨ ਕਿਹੜੇ ਰੰਗ ਦਾ ਇਸਤੇਮਾਲ ਕਰਨ ਜਿਹੜਾ ਕਿ ਉਹਨਾਂ ਦਾ ਤਿਹਾਰ ਵੀ ਖੁਸ਼ੀਆਂ ਨਾਲ ਬਣਾਇਆ ਜਾਵੇ ਕੋਸ਼ਿਸ਼ ਤੇਹੀ ਕਰੋ ਜਿਹੜੇ ਆਮ ਫ੍ਰੀਲੀ ਅਵੇਲੇਬਲ ਕੈਮੀਕਲਸ ਵਾਲੇ ਰੰਗ ਨੇ ਉਹਨਾਂ ਨੂੰ ਅਵੋਇਡ ਕਰੋ ਪਾਣੀ ਵਗੈਰਾ ਦਾ ਯੂਜ਼ ਕਰ ਸਕਦੇ ਹੋ ਹਰਬਲ ਕਲਰ ਵਗੈਰਾ ਯੂਜ਼ ਕਰ ਸਕਦੇ ਹੋ ਤੁਸੀਂ ਔਰ ਸਭ ਤੋਂ ਸਭ ਤੋਂ ਜ਼ਿਆਦਾ ਮੈਂ ਸਲਾਹ ਇਹ ਦਵਾਂਗਾ ਜੇ ਤੁਸੀਂ ਕੋਈ ਕਲਰ ਯੂਜ਼ ਕਰ ਹੀ ਲਿਆ ਉਹਨੂੰ ਕੋਸ਼ਿਸ਼ ਕਰੋ ਕਿ ਵਿਦਨ ਫਿਊ ਮਿੰਟਸ ਕੁਛ ਮਿੰਟ ਦੇ ਵਿੱਚ ਵਿੱਚ ਸੈਕਿੰਡ ਦੇ ਵਿੱਚ ਵਿੱਚ ਉਹਨੂੰ ਰਿਮੂਵ ਕਰ ਦਿਓ ਬਾਡੀ ਤੇ ਜਿਆਦਾ دیر ਕਲਰ ਲਗਾ ਨਹੀਂ ਰਹਿਣ ਦੇਣਾ ਚਾਹੀਦਾ ਜਿੰਨੀ ਦੇਰ ਕਲਰ ਜਿਆਦਾ ਰਹੇਗਾ ਓਨਾ ਜਿਆਦਾ ਉਹਦਾ ਜਿਹੜਾ ਸਾਈਡ ਇਫੈਕਟ ਹੈ ਓਨਾ ਜਿਆਦਾ ਵੱਧ ਹੋਏਗਾ ਇਹ ਸਿਵਲ ਹਸਪੀਟਲ ਦੇ ਸੀਨੀਅਰ ਮੈਡੀਕਲ ਆਫਸਰ ਤੇ ਚਮੜੀ ਰੋਗਾ ਦੇ ਮਾਹਿਰ ਹੁਣ ਦੁਕਾਨਦਾਰਾਂ ਨਾਲ ਵੀ ਗੱਲ ਕਰਾਂਗੇ ਕਿ ਉਹ ਜਿਹੜਾ ਰੰਗ ਵੇਚਦੇ ਪਏ ਆ ਉਹਦਾ ਮਿਆਰ ਕੀ ਹੈ ਚਲਦੇ ਆ ਤੇ ਗੱਲਬਾਤ ਕਰਦੇ ਆ ਦੁਕਾਨਦਾਰ ਸਰ ਜੀ ਨੂੰ ਕੀ ਖਾਸ ਹੈ ਇਸ ਵਾਰੀ ਹੋਲੀ ਦੇ ਵਿੱਚ ਆ ਵਧੀਆ ਸਾਰੇ ਕਲਰ ਆਏ ਦੇ ਆ ਨਾਲਾ ਸਿਲੰਡਰ ਵਗੈਰਾ ਐ ਸਪਰੇ ਵਗੈਰਾ ਆ ਜਾਂ ਦੀਆਂ ਬੈਲੂਨਸ ਵਗੈਰਾ ਦੇ ਅੱਗੇ ਚੱਲਦੇ ਤੇ ਬਾਕੀ ਕੰਪਨੀ ਦੇ ਸਾਰੇ ਵਧੀਆ ਰੰਗ ਆਏ ਦੇ ਆ ਸ਼੍ਰੀਗਨੇਸ਼ਾ ਦੇ ਖੁੱਲੇ ਰੰਗ ਵਾ ਕਿੰਨੇ ਕੁ ਨੁਕਸਾਨ ਹੋਇਆ ਨਹੀਂ ਖੁੱਲੇ ਰੰਗ ਜਿਹੜੇ ਆ ਨਾ ਕੁਝ ਵਧੀਆ ਵੀ ਐ ਤੇ ਕੁਝ ਹਲਕੇ ਨੁਕਸਾਨ ਵਾਲੇ ਨਹੀਂ ਹੈਗੇ ਵਧੀਆ ਵਾਲੇ ਹੀ ਹੈਗੇ ਤਕਰੀਬਨ ਅੱਜ ਕੱਲ੍ਹ ਚੱਲਦੇ ਪਏ ਆ ਨੁਕਸਾਨ ਕੋਈ ਵੀ ਨਹੀਂ ਅੱਜ ਕੱਲ੍ਹ ਵਰਤਦਾ ਹੈਗਾ ਡਾਕਟਰ ਕਹਿੰਦੇ ਆ ਕਿ ਜਿਹੜੇ ਰੰਗ ਦਾ ਕੋਈ ਕਾਰਡ ਨਹੀਂ ਆ ਜਾਂ ਜਿੱਤੇ ਕੋਈ ਕੈਮੀਕਲ ਸਪਰੇਅ ਦੇ ਬਹੁਤ ਨਾਲ ਕੈਮੀਕਲ ਵਾਲੇ ਅੱਜ ਗੱਲ ਕੋਈ ਨਹੀਂ ਆਂਦੇ ਸਾਰੇ ਬ੍ਰਾਂਡ ਵਾਲੇ ਹੀ ਆਂਦੇ ਸਾਰੇ ਵਧੀਆ ਮੀਨਸ ਜਿਹੜੇ ਵਧੀਆ ਕੰਪਨੀ ਦੇ ਬਣੇਦੇ ਹਨ ਸਾਰੇ ਉਹ ਹੀ ਵਰਤੇ ਕਿਉਂਕਿ ਅੱਜ ਕੱਲ ਸਾਰੇ ਵੇਚਦੇ ਕੋਈ ਚੀਜ਼ ਨੁਕਸਾਨ ਨਾ ਹੋਵੇ ਕਿਸੇ ਨੂੰ ਵੀ ਕੋਈ ਚੀਜ਼ ਦੇ ਨਾਲ ਇਸ ਕਰਕੇ ਹਰਬਲ ਕਲਰ ਵੀ ਆਏ ਹਰਬਲ ਕਲਰ ਵੀ ਆ ਆ ਹਰਬਲੀ ਆਵਲ ਜਿਹੜੇ ਕੰਪਨੀ ਦੇ ਸ਼੍ਰੀਗਨੈਸ਼ਾ ਕੰਪਨੀ ਦੇ ਇਹ ਸਾਰੇ ਹਲਬਰ ਸੌਫਟ ਤੇ ਸਿਲਕੀ ਕਲਰ ਹੁੰਦੇ ਆ ਆਪਣੇ ਤੇ ਵਿੱਚ ਔਰ ਜਿਹੜੇ ਆਮ ਕਲਰ ਦਾ ਤੇ ਰੇਟ ਜਿਵੇਂ ਮੈਚ ਕਰੋ ਰੇਟ ਦੇ ਵਿੱਚ ਕਾਫੀ ਫਰਕ ਹੁੰਦਾ ਆ ਆਮ ਜਿਹੜਾ 5 ਰੁਪਏ ਦਾ ਹੋਊਗਾ ਤੇ ਆ 3 ਪਰ ਇਸ ਦੀ ਗੱਲ ਕਰੀਏ ਤੇ ਇਹ ਕਿੰਨੇ ਦਾ ਨੁਕਸਾਨ ਹੋ ਜਾਂਦਾ ਨਹੀਂ ਇਹ ਵੀ ਸਾਰੀ ਕੰਪਨੀ ਦੀ ਇੱਕ ਬੌਸ ਦੀ ਤੇ ਸ਼੍ਰੀ ਗਣੇਸ਼ਾ ਕੰਪਨੀ ਦੇ ਦੋ ਤਰ੍ਹਾਂ ਦੇ ਸਪਰੇ ਆਂਦੀ ਹੈ ਤੇ ਦੋਨੋਂ ਹੀ ਵਧੀਆ ਹੁੰਦੀ ਹੈ ਇੱਕ ਜਿਹੜੀ ਪਾਣੀ ਵਾਲੀ ਸਪਰੇ ਆਂਦੀ ਹੈ ਨਾ ਉਹ ਨੁਕਸਾਨ ਦਾ ਹੈ ਕਿ ਹੁੰਦੀ ਹੈ ਸਨੋ ਵਾਲੀ ਨੁਕਸਾਨ ਦਾ ਹੈ ਕਿ ਨਹੀਂ ਹੁੰਦੀ ਹੈਗੀ ਪੋਲੀ ਦੇ ਤਖਾਰ ਨੂੰ ਲੈ ਕੇ ਪਹਿਲਾਂ ਅਸੀਂ ਗੱਲਬਾਤ ਕੀਤੀ ਸੀ ਬਟਾਲਾ ਦੇ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਤੇ ਚਮੜੀ ਰੋਗ ਦੇ ਮਾਹਿਰ ਨਾਲ ਉਹਨਾਂ ਨੇ ਕਿਹਾ ਸੀ ਕਿ ਖੁੱਲੇ ਰੰਗ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਕਿਉਂਕਿ ਉਸ ਦੇ ਵਿੱਚ ਕੈਮੀਕਲ ਹੁੰਦਾ ਜਦੋਂ ਅਸੀਂ ਇੱਕ ਰੰਗ ਵਾਲੀ ਹੋਲਸੇਲ ਦੀ ਦੁਕਾਨ ਤੇ ਪਹੁੰਚੇ ਤਾਂ ਵੱਖ-ਵੱਖ ਤਰੀਕੇ ਦੇ ਰੰਗ ਪਚਕਾਰੀਆਂ ਮਿਲੇ ਜਿਸ ਤਰ੍ਹਾਂ ਕਿ ਗੈਸ ਸਿਲੰਡਰ ਵਾਲੇ ਰੰਗ ਪਟਾਕੇ ਵਾਲੇ ਰੰਗ ਧੂਏਂ ਵਾਲੇ ਰੰਗ ਜਾਂ ਹੋਰ ਕਈ ਕਿਸਮ ਦੇ ਇਤੋਂ ਤੱਕ ਕਿ ਖੁੱਲੇ ਰੰਗ ਵੀ ਬਹੁਤ ਮਿਲੇ ਜਦੋਂ ਦੁਕਾਨਦਾਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਕੋਲ ਜਿੰਨੇ ਵੀ ਰੰਗ ਨੇ ਜਿੰਨਾ ਮਟੀਰੀਅਲ ਹੈ ਇਹ ਸਾਰਾ ਨੁਕਸਾਨ ਨਹੀਂ ਕਰੇਗਾ ਕਿਉਂਕਿ ਇਹਨਾਂ ਕੋਲ ਚੰਗੀ ਕਿਸਮ ਦੇ ਰੰਗ ਨੇ ਜੇਕਰ ਮਾਹੀ ਡਾਕਟਰ ਦੀ ਗੱਲ ਮੰਨੀ ਜਾਵੇ ਤਾਂ ਉਹਨਾਂ ਦਾ ਕਹਿਣਾ ਸੀ ਕਿ ਸਾਨੂੰ ਕਿਸੇ ਵੀ ਤਰ੍ਹਾਂ ਦਾ ਰੰਗ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਅਗਰ ਕਰਨਾ ਹੈ ਤਾਂ ਹਰਬਲ ਹੋਣਾ ਚਾਹੀਦਾ ਹੈ ਤਾਂ ਕਿ ਕਿਸੇ ਨੂੰ ਵੀ ਕੋਈ ਚਮੜੀ ਜਾਂ ਅੱਖਾਂ ਦਾ ਰੋਗ ਨਾ ਹੋ ਸਕੇ ਕੈਮਰਾਮੈਨ ਬੰਟੀ ਨਾਲ ਨਿਊਜ਼ 18 ਪੰਜਾਬ ਲੀਨੀਤਿੰਲੂਥਰਾ ਬਟਾਲਾ